ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕਮਲ। ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਯੂਨੀਕ ਕਮਲ ਸੰਧੂ ਕ੍ਰੀਏਸ਼ਨ 'ਚ। ਅੱਜ ਆਪਾਂ ਬਣਾਵਾਂਗੇ ਐਮਸਿਲ ਨਾਲ ਇੱਕ ਹੋਰ ਡੋਲ। ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਲੈਣੀ ਹੈ ਐਮਸਿਲ। ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਇਹਨੂੰ ਆਪਾਂ ਪਹਿਲਾਂ ਹਾਫ ਹਾਫ ਲੈ ਲਾਂਗੇ ਦੋਨਾਂ ਨੂੰ। ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੁੰਦਾ ਹੈ, ਫਿਰ ਇਹ ਤਿਆਰ ਹੁੰਦੀ ਹੈ। ਆਪਾਂ ਜਦੋਂ ਕੁਛ ਬਣਾਉਣਾ ਹੁੰਦਾ ਇਹਨਾਂ ਨੂੰ ਇੱਦਾਂ ਹੀ ਮਿਕਸ ਕਰ ਲੈਣਾ। ਮਿਕਸ ਕਰਨ ਤੋਂ ਬਾਅਦ ਇੱਦਾਂ ਦੀ ਬਣ ਜਾਏਗੀ। ਹੁਣ ਆਪਾਂ ਇਹਦੇ ਨਾਲ ਇੱਦਾਂ ਬਣਾਵਾਂਗੇ ਹੈੱਡ। ਡੋਲ ਦਾ ਪਹਿਲਾਂ ਹੈੱਡ ਬਣਾ ਲਾਂਗੇ, ਬਹੁਤ ਈਜ਼ੀ ਆ। ਉਹਦੇ ਲਈ ਆਪਾਂ ਇਹਨੂੰ ਇੱਕ ਰਾਊਂਡ ਸ਼ੇਪ 'ਚ ਗੋਲ ਆਕਾਰ ਬਣਾ ਲੈਣਾ, ਬਿਲਕੁਲ ਗੋਲ, ਬਿਲਕੁਲ ਸਿੰਪਲ ਬਣਾਵਾਂਗੇ ਆਪਾਂ। ਇੱਦਾਂ ਇੱਦਾਂ ਗੋਲ ਕਰ ਲੈਣਾ, ਜਿੱਥੇ ਉਹਦੀ ਆਈਸ ਬਣਾਉਣੀ ਆ ਉੱਥੇ ਇੱਦਾਂ ਫਿੰਗਰ ਨਾਲ ਥੋੜ੍ਹਾ ਜਿਹਾ ਤੁਹਾਨੂੰ ਦਬਾ ਦੇਣਾ। ਜਿੱਥੇ ਆਈਸ ਬਣਾਉਣੀ ਹੈ ਔਰ ਲਿਪਸ ਬਣਾਉਣੇ ਆ ਉੱਥੇ ਆਪਾਂ ਇੱਦਾਂ ਇੱਦਾਂ ਕਰ ਦਾਂਗੇ। ਆਪਣਾ ਫੇਸ ਬਣ ਗਿਆ, ਇਹਨੂੰ ਆਪਾਂ ਇੱਕ ਪੇਪਰ ਦੇ ਉੱਪਰ ਰੱਖ ਦਾਂਗੇ ਡਰਾਈ ਹੋਣ ਲਈ। ਆਹ ਆਪਣੇ ਕੋਲ ਸੈਨੀਟਾਈਜ਼ਰ ਬੋਤਲ ਸੀਗੀ ਇੱਕ ਐਮਟੀ ਹੋਈ, ਇਹਨੂੰ ਆਪਾਂ ਯੂਜ਼ ਕਰਾਂਗੇ ਡੋਲ ਦੀ ਬੋਡੀ ਵਾਸਤੇ। ਇਹਦਾ ਆਪਾਂ ਉੱਪਰੋਂ ਲਿਡ ਹਟਾ ਕੇ ਇਹਨੂੰ ਉੱਪਰੋਂ ਬੰਦ ਕਰ ਲਾਂਗੇ, ਇੱਦਾਂ ਐਮਸਿਲ ਨਾਲ ਹੀ ਬੰਦ ਕਰਨਾ ਇਹਨੂੰ ਆਪਾਂ। ਫਿਰ ਉਸ ਤੋਂ ਬਾਅਦ ਆਪਾਂ ਐਮਸਿਲ ਦੀ ਇੱਕ ਲੇਅਰ ਜੀ ਬਣਾਵਾਂਗੇ ਇੱਦਾਂ ਪਤਲੀ ਪਤਲੀ। ਇਸ ਲੇਅਰ ਨਾਲ ਆਪਾਂ ਇਹਨੂੰ ਬੋਟਲ ਨੂੰ ਕਵਰ ਕਰਦੇ ਜਾਣਾ ਇੱਦਾਂ ਇੱਦਾਂ, ਉੱਪਰ ਤੋਂ ਨੀਚੇ ਤੱਕ ਸਾਰਾ ਆਪਾਂ ਇਹਨੂੰ ਕਵਰ ਕਰਨਾ। ਅਤੇ ਆਪਣੇ ਹੈਂਡਸ ਨਾਲ ਇਹਨੂੰ ਥੋੜ੍ਹਾ ਥੋੜ੍ਹਾ ਦਬਾਉਂਦੇ ਰਹਿਣਾ ਐਮਸਿਲ ਨੂੰ, ਉਹਦੇ ਨਾਲ ਇਹ ਬੜੀ ਵਧੀਆ ਤਿਆਰ ਹੋ ਜਾਏਗੀ। ਜੁਆਇੰਟ ਵਗੈਰਾ ਬੰਦ ਹੋ ਜਾਣਗੇ ਸਾਰੇ। ਇੱਦਾਂ ਹੀ ਕਰਦੇ ਜਾਣਾ ਆਪਾਂ ਨੀਚੇ ਤੱਕ। ਫਿਰ ਆਪਾਂ ਇੱਕ ਸੈਕਿੰਡ ਲੇਅਰ ਲਗਾਵਾਂਗੇ। ਇਹ ਜਿਹੜਾ ਆਪਣੇ ਵਿੱਚ ਜੋੜ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਡੈਪ ਡੈਪ ਕਰਕੇ ਬੰਦ ਕਰ ਲਾਂਗੇ। ਇੱਦਾਂ ਹੀ ਆਪਾਂ ਇਹਦੇ ਬੋਟਲ ਨੂੰ ਬੈਕ ਅਤੇ ਫਰੰਟ ਤੋਂ ਚੰਗੀ ਤਰ੍ਹਾਂ ਸਾਰੀ ਨੂੰ ਕਵਰ ਕਰ ਲਾਂਗੇ। ਕਵਰ ਜਦੋਂ ਆਪਣੀ ਇਹ ਸਾਰੀ ਐਮਸਿਲ ਨਾਲ ਬੋਟਲ ਕਵਰ ਹੋ ਗਈ, ਇਹਨੂੰ ਆਪਾਂ ਡਰਾਈ ਹੋਣ ਲਈ ਥੋੜ੍ਹੀ ਦੇਰ ਰੱਖ ਦਾਂਗੇ। ਉਸ ਤੋਂ ਬਾਅਦ ਜਿਹੜੀ ਆਪਣਾ ਐਮਸਿਲ ਬਚੀ ਸੀ ਉਹਨੂੰ ਆਪਾਂ ਤਿਆਰ ਕਰ ਲਾਂਗੇ ਦੁਬਾਰਾ। ਫਿਰ ਆਪਾਂ ਇਹਦੀ ਡੋਲ ਦੀ ਨੈੱਕ ਬਣਾਵਾਂਗੇ। ਨੈੱਕ ਬਿਲਕੁਲ ਪਤਲੀ ਬਣਾਉਣੀ ਹੈ ਆਪਾਂ, ਤਾਂ ਕਿ ਉੱਪਰ ਜਿਹੜਾ ਆਪਾਂ ਫੇਸ ਅਟੈਚ ਕਰਨਾ ਹੈ ਉਹ ਵਧੀਆ ਲੱਗੇ। ਨੈੱਕ ਬਣਾ ਕੇ ਇਹਨੂੰ ਵੀ ਆਪਾਂ ਡਰਾਈ ਹੋਣ ਲਈ ਰੱਖਣਾ ਹੈ ਥੋੜ੍ਹੀ ਦੇਰ। ਉਸ ਤੋਂ ਬਾਅਦ ਆਪਾਂ ਫੇਸ ਨੂੰ ਅਟੈਚ ਕਰਨਾ। ਆਪਾਂ ਪਹਿਲਾਂ ਇੱਦਾਂ ਵੈਸੇ ਹੀ ਦੇਖ ਲਾਂਗੇ, ਸਹੀ ਲੱਗ ਰਿਹਾ ਤਾਂ ਆਪਾਂ ਉੱਦਾਂ ਹੀ ਆਪਾਂ ਇਹਦੀ ਨੈੱਕ ਬਣਾਉਣੀ ਹੈ। ਉਸ ਤੋਂ ਬਾਅਦ ਆਪਾਂ ਇਹਨੂੰ ਫੈਵਿਕਿਕ ਨਾਲ, ਡਰਾਈ ਹੋਣ ਤੋਂ ਬਾਅਦ ਫੈਵਿਕਿਕ ਨਾਲ ਆਪਾਂ ਇਹਨੂੰ ਫੇਸ ਨੂੰ ਅਟੈਚ ਕਰਨਾ। ਅਟੈਚ ਹੋਣ ਤੋਂ ਬਾਅਦ ਇੱਦਾਂ ਬਣ ਗਿਆ ਆਪਣੀ ਡੋਲ। ਹੁਣ ਆਪਾਂ ਇਹਦੀ ਇੱਕ ਆਪਣੇ ਕੋਲ ਬਾਊਲ ਜਿਹਾ ਸੀਗਾ ਛੋਟਾ ਜਿਹਾ, ਇਹਨੂੰ ਆਪਾਂ ਇਹਦੀ ਕਮਰ 'ਤੇ ਅਟੈਚ ਕਰਨਾ ਹੈ ਡੋਲ ਦੀ। ਇਹਨੂੰ ਵੀ ਐਮਸਿਲ ਨਾਲ ਹੀ ਅਟੈਚ ਕਰਨਾ ਹੈ। ਜਦੋਂ ਇਹ ਬਾਊਲ ਆਪਾਂ ਲਗਾਵਾਂਗੇ ਇਹਨੂੰ ਥੋੜ੍ਹੀ ਜਿਹੀ ਸਪੋਰਟ ਕਰ ਦੇਣੀ ਆਪਾਂ, ਤਾਂ ਕਿ ਉਹ ਵਿੰਗਾ ਟੇਢਾ ਨਾ ਹੋਵੇ, ਸਹੀ ਲੱਗ ਜਾਵੇ। ਉਸ ਤੋਂ ਬਾਅਦ ਆਪਾਂ ਇਹਦੀ ਆਰਮ ਬਣਾਵਾਂਗੇ। ਐਮਸਿਲ ਨੂੰ ਆਰਮ ਦੀ ਸ਼ੇਪ 'ਚ ਥੋੜ੍ਹਾ ਜਿਹਾ ਬਣਾ ਕੇ ਅਤੇ ਥੋੜ੍ਹਾ ਜਿਹਾ ਆਪਾਂ ਹੈਂਡ ਬਣਾਉਣਾ ਸਿੰਪਲ ਜਿਹਾ ਹੀ ਅੱਗੇ। ਇਹਨੂੰ ਫਿਰ ਸ਼ੋਲਡਰ ਤੋਂ ਅਟੈਚ ਕਰਾਂਗੇ ਅਤੇ ਜਿਹੜੀ ਆਪਾਂ ਬਾਊਲ ਅਟੈਚ ਕੀਤਾ ਹੈ ਉਹਦੇ ਨਾਲ ਇਹਨੂੰ ਹੋਲਡ ਕਰ ਦਾਂਗੇ। ਇੱਦਾਂ ਹੀ ਆਪਾਂ ਦੂਜੀ ਆਰਮ ਵੀ ਬਣਾ ਲੈਣੀ ਹੈ। ਉਹਨੂੰ ਬਾਊਲ ਦੇ ਦੂਸਰੀ ਸਾਈਡ ਤੋਂ ਅਟੈਚ ਕਰ ਦੇਣਾ ਹੈ। ਜਿਹੜੀ ਐਮਸਿਲ ਆ ਬਹੁਤ ਜਲਦੀ ਡਰਾਈ ਹੋ ਜਾਂਦੀ ਹੈ, ਇਸ ਲਈ ਮੈਨੂੰ ਬਹੁਤ ਵਧੀਆ ਲੱਗਦਾ ਇਹ ਚੀਜ਼। ਹੁਣ ਆਪਣੀ ਐਮਸਿਲ ਨਾਲ ਡੋਲ ਇੰਨੀ ਤਿਆਰ ਹੋ ਗਈ ਹੈ, ਇਹ ਡਰਾਈ ਹੋ ਗਈ ਇੱਕ ਵਾਰੀ।
इस बाद आप अगों तैयार करांगे। हम इदा ही आप एम सी नाल इहदी ड्रैस वगैरह तैयार कर लांगे। उहदे लई भी आप इदा ही लेयर जी बनावांगे। जिद्दां दी मर्जी आपां नूं ड्रैस आपां पाउणी आउंदी आपां नूं उदां दी पा लांगे। मैं तां बिल्कुल सिंपल जी ट्राई कीती इक वारी। अपने हैंड्स नाल ही उहनूं जिद्दां दी शेप देनी है दे देनी है। उहनूं उपरों ज़्यादा टच नहीं करना क्योंकि उह उहदी बॉडी दे नाल बिल्कुल अटैच नहीं होनी चाहिए। थोड़ा जहा पता लगना चाहिए भी यह ड्रैस है उपर। इदा ही आप नैक बना लेंगे ड्रैस की। एम सील ना ही आप बनावे। इदा करके नैक दे राउंड राउंड आप लगा देना। इनू मैं अपने नेल्स ना ही थोड़े थोड़े कट लगा के एक शेप जी बना दिती सी। ये बिल्कुल ईजी आ। और अपने कोई भी पिन वगैरह हैगी तो वो भी आप इदा इदा करके बना लेंगे। इदा ही अपनी उपर वाली ड्रैस हो गई है तैयार डॉल दी। नैक बन गया अपना। हुण इहनू भी आप ड्राई होने लई रख देंगे। उन्ना टाइम आप डॉल दे हेयर वगैरह बना लेंगे। इस बिल्कुल सिंपल प्लेन ही बनाने आप कुछ नहीं करना है। इदा ही एक लेयर लगा देनी है वो ईयरस तक। उन्हें बंद कर देना चंगी तरह। आइस के उपर नहीं आनी चाहिए यह लेयर। एक बॉल जी बना के एम सील दी इतने आप जूड़ा बना लेंगे। यह आप बना लिया जूड़ा। हूँ आप बनावांगे गुत। इनू आप इदा बहुत ईजी जे वे ना बनावांगे। इदा ही आप तीन पट्टियां जी बना लेनी है। फिर उन्होंने आप जिदा गुत गूंदते हैं उदा ही गूंद लेंगे। जिनी लंबी आप रखनी है उन्नी रख लेंगे। ये अपनी मर्जी है। ये जिदा ही तुम बनाओगे उदा ही यह हार्ड हो जाएगी। उस तो बाद बिल्कुल भी मूव नहीं होएगी इधर उधर ड्राई होने तो बाद। जो अपनी यह बन जाएगी गुत तो आप डॉल दे जूड़े के नाल अटैच कर देंगे। इनू नीचे चंगी तरह बंद कर लेंगे। बाकी दी आपां जिहड़ी वेस्ट एम सी लाउन नूं आपां कट कर देंगे। इहनूं आपां डॉल दे अगे रखना है पिछे रखना है ये अपनी मर्जी है। जिदा मर्जी आपां इहनूं रख सकते हैं। मैं इहनूं पिछे ही रखे डॉल दे बैक साइड ते। थोड़े टाइम बाद ये ड्राई हो जाएगी। हुण आपां डॉल दी नीचे वाली ड्रैस बनावांगे। उहदे लई आपां सिंपल ही इदा एक पत्ती जी बनावांगे। उहदे विच आपां लाइन लगा लेंगे। किसी भी चीज़ नाल आपां लाइन लगा सकदे। जिद्दां दी मर्जी इहदी शेप बना लेनी है तुसीं जिवें दी भी आउंदी है तुहानूं। बस उहनूं इदा इदा अटैच करते जाणा है। इहदे नीचे पहला एम सील दे डॉल दे नीचे आपां कोई भी पाउडर वगैरह यूज़ कर लेंगे क्योंकि जिहड़ी एम सील है वह हले गिली सीगी ते वह टेबल दे नाल अटैच हुंदी सीगी। इसलिए अगर नीचे पाउडर होएगा तो फिर अटैच नहीं होएगी। इदा इदा करते आपां इहदे उपर तक हाँ पत्तियां जी बना बना के लगा लेनियां ने। डॉल दी कमर तक आप यूज़ करांगे।
ਇਹਨਾਂ ਨੂੰ ਆਪਾਂ ਵੱਡੇ ਛੋਟੇ ਆਪਣੀ ਮਰਜ਼ੀ ਹੈ ਜਿੱਦਾਂ ਦੀ ਵੀ ਬਣਾਉਣੇ ਆ। ਇੱਦਾਂ ਆਪਾਂ ਬਣਾ ਲਿਆ ਇਹਨੇ, ਹੁਣ ਆਪਾਂ ਉੱਪਰ ਤੱਕ ਇਹਨੂੰ ਕਰ ਲਵਾਂਗੇ ਇੱਦਾਂ ਹੀ ਤਿਆਰ। ਇਸ ਤੋਂ ਬਾਅਦ ਆਪਾਂ ਇਹਨੂੰ ਉੱਪਰ ਤੋਂ ਬੰਦ ਕਰਨਾ ਹੈ, ਇੱਦਾਂ ਕਰਕੇ ਬੰਦ ਕਰ ਦਾਂਗੇ ਆਪਾਂ ਇਹਨੂੰ। ਇਹਦੇ 'ਤੇ ਵੀ ਆਪਾਂ ਛੋਟੇ ਛੋਟੇ ਕੱਟ ਵਗੈਰਾ ਲਗਾ ਦਾਂਗੇ ਕੁਛ ਵੀ। ਇੱਦਾਂ ਹੀ ਆਪਣੀ ਡੋਲ ਹੋ ਗਈ ਹੈ ਤਿਆਰ। ਇਹਨੂੰ ਆਪਾਂ ਥੋੜ੍ਹਾ ਟਾਈਮ ਡਰਾਈ ਹੋਣ ਲਈ ਰੱਖਤਾ ਸੀਗਾ। ਡਰਾਈ ਹੋਣ ਤੋਂ ਬਾਅਦ ਆਪਾਂ ਇਹਦਾ ਕਲਰ ਕਰਾਂਗੇ। ਆਪਾਂ ਇਹਦੀ ਗੁੱਤ ਵੀ ਬਣਾ ਲਈ ਸੀ, ਹੁਣ ਆਪਾਂ ਕਰਾਂਗੇ ਜੀ ਕਲਰ। ਇਹਦੇ ਜਿਹੜੀ ਡੋਲ ਦੀ ਫੇਸ ਹੈ, ਨੈਕ ਹੈ ਔਰ ਜਿਹੜੀ ਆਰਮਸ ਆ ਉਹਦੇ 'ਤੇ ਆਪਾਂ ਸਕਿਨ ਕਲਰ ਕਰਾਂਗੇ। ਫਸਟ ਕੋਟ ਆਪਾਂ ਪਾਣੀ ਨਾਲ ਮਿਲਾ ਕੇ ਕਰਾਂਗੇ ਕਿਉਂਕਿ ਜ਼ਿਆਦਾ ਡਾਰਕ ਨਹੀਂ ਕਰਨਾ। ਜਿਹੜਾ ਸੈਕਿੰਡ ਕੋਟ ਹੋਏਗਾ ਉਹਨੂੰ ਆਪਾਂ ਥੋੜ੍ਹਾ ਡਾਰਕ ਕਰਾਂਗੇ ਤਾਂ ਕਿ ਜਿਹੜਾ ਵਿੱਚੋਂ ਬਲੈਕ ਆ ਸਕਿਨ ਉਹ ਦਿਖਾਈ ਨਾ ਦੇਵੇ। ਇੱਦਾਂ ਹੀ ਆਪਾਂ ਡਬਲ ਕੋਟ ਕਰ ਲਿਆ ਸੀਗਾ ਉਹਦੀ ਬੋਡੀ 'ਤੇ। ਹੁਣ ਜਿਹੜੀ ਨੀਚੇ ਡਰੈਸ ਬਣਾਈ ਹੈ ਆਪਾਂ, ਇਹਦੇ 'ਤੇ ਆਪਾਂ ਕਰਾਂਗੇ ਬਲੈਕ ਕਲਰ। ਬਲੈਕ ਕਲਰ ਦੇ ਵੀ ਆਪਾਂ ਡਬਲ ਕੋਟ ਕਰਨਾ ਹੈ ਸਾਰੇ 'ਤੇ। ਆਪਾਂ ਬਲੈਕ ਕਲਰ ਕਰਨਾ ਆਪਾਂ ਉਹਦੀ ਡਰੈਸ 'ਤੇ ਔਰ ਜਿਹੜੇ ਉਹਦੇ ਹੇਅਰਸ ਵਗੈਰਾ ਹੈਗੇ ਆ ਉਹਨਾਂ 'ਤੇ ਆਪਾਂ ਕਰ ਲਵਾਂਗੇ। ਇੱਦਾਂ ਹੀ ਆਪਣੇ ਡਬਲ ਕੋਟ ਹੋ ਗਿਆ। ਇਸ ਤੋਂ ਬਾਅਦ ਆਪਾਂ ਡਰੈਸ 'ਤੇ ਥੋੜ੍ਹੀ ਜਿਹੀ ਸ਼ਾਈਨਿੰਗ ਵਗੈਰਾ ਵਾਸਤੇ ਆਪਾਂ ਕੁਛ ਹੋਰ ਯੂਜ਼ ਕਰਾਂਗੇ, ਕੋਈ ਵੀ ਗੋਲਡਨ ਕਲਰ, ਸਿਲਵਰ ਕਲਰ, ਰੈੱਡ ਕਲਰ ਦੇ ਇੱਦਾਂ ਇੱਦਾਂ ਜਿਹੜੀਆਂ ਆਪਾਂ ਪੱਤੀਆਂ ਜਿਹੀਆਂ ਬਣਾਈਆਂ ਸੀ ਉਹਨਾਂ ਦੇ ਨੀਚੇ ਇੱਦਾਂ ਇੱਕ ਇੱਕ ਲਾਈਨ ਜਿਹੀ ਬਣਾ ਦਾਂਗੇ। ਇਹਦੇ ਨਾਲ ਡਰੈਸ ਥੋੜ੍ਹੀ ਜਿਹੀ ਵਿਜੀਬਲ ਹੋ ਜਾਏਗੀ। ਕੋਈ ਵੀ ਕਲਰ ਆਪਾਂ ਇਹਦੇ 'ਤੇ ਯੂਜ਼ ਕਰ ਸਕਦੇ ਹਾਂ ਜਿਹੜਾ ਆਪਾਂ ਨੂੰ ਸਹੀ ਲੱਗੇ। ਇੱਦਾਂ ਹੀ ਮੈਂ ਇਹਦੀ ਜਿਹੜੀ ਉੱਪਰ ਸੀਗੀ ਕੁੜਤੀ ਜੀ ਉਹਦੇ 'ਤੇ ਵੀ ਇੱਦਾਂ ਹੀ ਛੋਟੀ ਛੋਟੀ ਡੋਟਸ ਵਗੈਰਾ ਲਗਾ ਕੇ ਉਹਨੂੰ ਬਣਾ ਲਿਆ ਸੀਗਾ। ਉੱਦਾਂ ਉਹ ਪਲੇਨ ਹੀ ਸੀਗੀ। ਫਿਰ ਆਪਾਂ ਇਹਦੀ ਆਈਸ ਬਣਾ ਲਾਂਗੇ ਸਿੰਪਲ ਹੀ ਹੈ। ਇੱਦਾਂ ਹੀ ਦੂਜੀ ਆਈ ਬਣਾ ਲੈਣੀ ਹੈ। ਲਿਪਸ ਬਣਾਉਣੇ ਆ, ਇੱਕ ਹਾਰਟ ਦੀ ਸ਼ੇਪ ਬਣਾ ਲੈਣੀ ਹੈ ਆਪਾਂ ਲਿਪਸ 'ਤੇ। ਇਸ ਤੋਂ ਬਾਅਦ ਆਪਣੇ ਕੋਲ ਹੈਗੇ ਵਾਰਨਿਸ਼। ਇਹਨੂੰ ਜਦੋਂ ਕਲਰ ਡਰਾਈ ਹੋ ਗਏ ਉਦੋਂ ਆਪਾਂ ਇਹਨੂੰ ਯੂਜ਼ ਕਰਾਂਗੇ। ਇਹਦੇ ਨਾਲ ਇੱਕ ਚਮਕ ਜੀ ਆ ਜਾਂਦੀ ਹੈ ਆਪਣੀ ਜਿਹੜੀ ਡੋਲ ਵਗੈਰਾ ਬਣਾਉਣੇ ਆਪਾਂ ਕੁਛ ਵੀ। ਹੁਣ ਆਪਣੀ ਡੋਲ ਹੋ ਗਈ ਹੈ ਤਿਆਰ। ਇਹਨੇ ਜਿਹੜੀ ਬਾਊਲ ਫੜਿਆ ਸੀ ਉਹਦੇ ਵਿੱਚ ਆਪਾਂ ਕੁਛ ਵੀ ਰੱਖ ਦਾਂਗੇ, ਫਲਾਵਰ ਵਗੈਰਾ ਜੋ ਵੀ ਤੁਹਾਡਾ ਦਿਲ ਕਰੇ। ਅਤੇ ਇਹ ਮੈਨੂੰ ਤਾਂ ਬੜੇ ਵਧੀਆ ਲੱਗਿਆ, ਸ਼ੋਪਿਸ ਆਪਣਾ ਬਣ ਕੇ ਤਿਆਰ ਹੋ ਗਿਆ। ਮੈਂ ਵੈਸੇ ਤਾਂ ਵਿੱਚ ਕੋਈ ਸਵੀਟਸ ਵਗੈਰਾ ਰੱਖਣੇ ਸੀ ਪਰ ਮੇਰੇ ਕੋਲ ਹੁਣ ਫਲਾਵਰ ਸੀ, ਮੈਂ ਉਹੀ ਇਹਦੇ ਵਿੱਚ ਰੱਖ ਦਿੱਤੇ ਨੇ। ਇੱਦਾਂ ਆਪਣੀ ਡੋਲ ਤਿਆਰ ਹੋ ਗਈ ਹੈ। ਆਹ ਡੋਲਸ ਆਪਾਂ ਪਹਿਲਾਂ ਬਣਾਈਆਂ ਸੀ। ਇਹ ਵੀਡੀਓ ਦੇਖਣ ਲਈ ਤੁਸੀਂ ਐਂਡ ਸਕਰੀਨ 'ਤੇ ਦੇਖ ਸਕਦੇ ਹੋ। ਥੈਂਕ ਯੂ ਫੋਰ ਵਾਚਿੰਗ। ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ। ਬਾਏ ਬਾਏ, ਟੇਕ ਕੇਅਰ।